ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਹੁਣ ਅਖੀਰਲੇ ਪੜਾਅ ਤੇ ਪ੍ਰਚਾਰ ਵੀ ਹੈ ਔਰ ਜਿਹੜੀ ਸਿਆਸੀ ਜੰਗ ਹੈ ਉਹ ਵੀ ਤੇਜ਼ ਹੋ ਗਈ ਹੈ। ਇਹਨਾਂ ਵਿੱਚੋਂ ਇੱਕ ਸੀਟ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ। ਅੰਮ੍ਰਿਤਸਰ ਸੀਟ ਤੇ 2014 ਦੇ ਵਿੱਚ ਵੀ ਮੁਕਾਬਲਾ ਕਾਫੀ ਟੱਕਰ ਵਾਲਾ ਸੀਗਾ ਕਿਉਂਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਇਸ ਵੇਲੇ ਦੇ ਖਜ਼ਾਨਾ ਮੰਤਰੀ ਅਰੁਣ ਜੇਟਲੀ ਮੈਦਾਨ 'ਚ ਸੀਗੇ ਜਿਹੜੇ ਹਾਰ ਗਏ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। SYL ਨੂੰ ਲੈ ਕੇ ਸਿਆਸਤ ਹੋਈ ਜਾਂ ਇਹ ਕਹੀਏ ਕਿ SYL ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਰੋਸ਼ ਵਜੋਂ ਆਪਣਾ ਅਸਤੀਫਾ ਦਿੱਤਾ ਅਤੇ ਇਸ ਸੀਟ 'ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਬਾਈ ਇਲੈਕਸ਼ਨ ਹੋਏ। ਉਹਨਾਂ ਬਾਈ ਇਲੈਕਸ਼ਨਾਂ ਦੇ ਵਿੱਚ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਉਸ ਕਾਂਗਰਸ ਦੀ ਵੇਵ ਦੇ ਵਿੱਚ ਇਸ ਸੀਟ ਨੂੰ ਜਿੱਤ ਕੇ ਲੈ ਕੇ ਗਏ ਔਰ ਇੱਕ ਵੱਡੇ ਮਾਰਜਨ ਦੇ ਨਾਲ ਕੇ ਗਏ। ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਤੋਂ ਉਹਨਾਂ 'ਤੇ ਭਰੋਸਾ ਜਤਾਇਆ ਅਤੇ ਐਤਕੀ ਗੁਰਜੀਤ ਸਿੰਘ ਔਜਲਾ ਦੇ ਨਾਲ ਇੱਕ ਹੋਰ ਕੇਂਦਰੀ ਮੰਤਰੀ ਭਾਰਤੀ ਜਨਤਾ ਪਾਰਟੀ ਵੱਲੋਂ ਮੈਦਾਨ 'ਚ ਉਤਾਰ ਦਿੱਤੇ ਗਏ ਨੇ ਹਰਦੀਪ ਸਿੰਘ ਪੁਰੀ। ਔਜਲਾ ਸਾਹਿਬ ਸਾਡੇ ਨਾਲ ਆ ਜਾਏਗਾ ਕਿਉਂਕਿ ਅੱਜ ਅਸੀਂ ਅੰਮ੍ਰਿਤਸਰ ਪਹੁੰਚੇ ਹਾਂ। ਔਜਲਾ ਸਾਹਿਬ ਪਿਛਲੀ ਵਾਰ ਵੀ ਇੱਕ ਸੀਨੀਅਰ ਲੀਡਰ ਭਾਰਤੀ ਜਨਤਾ ਪਾਰਟੀ ਵੱਲੋਂ ਮੈਦਾਨ 'ਚ ਸੀਗੇ, ਐਤਕੀ ਵੀ ਕੇਂਦਰੀ ਮੰਤਰੀ ਉਤਾਰੇ ਔਰ ਅਮਿਤ ਸ਼ਾਹ 'ਤੇ ਆ ਕੇ ਇਹ ਵੀ ਕਹਿ ਗਏ ਕਿ ਮੈਂ ਤਾਂ ਇੱਕ ਆਲਰੇਡੀ ਬਣਿਆ ਬਣਿਆ ਕੈਬਨਿਟ ਮੰਤਰੀ ਜਿਹੜਾ ਹੈਗਾ ਅੰਮ੍ਰਿਤਸਰ ਨੂੰ ਦੇ ਕੇ ਜਾ ਰਿਹਾ। ਅਜਿਹੇ ਵਿੱਚ ਫਾਈਟ ਕਿੰਨੀ ਕੁ ਔਖੀ ਲੱਗਦੀ ਹੈ? ਦੇਖੋ, ਫਾਈਟ ਤਾਂ ਉਹਨਾਂ ਵਾਸਤੇ ਹੋਊਗੀ ਜਿਹੜੇ ਆਏ ਨੇ, ਸਾਡੀ ਫਾਈਟ ਦਾ ਤਾਂ ਕੋਈ ਮਤਲਬ ਨਹੀਂ ਗਾ। ਅਸੀਂ ਤਾਂ ਲੋਕ ਕੰਮ ਕੀਤੇ ਨੇ, ਅੱਜ ਲੋਕਾਂ 'ਚ ਵਿਸ਼ਵਾਸ ਆ, ਲੋਕ ਮੰਨਦੇ ਨੇ ਕਿ ਐਜ਼ ਏ ਮੈਂਬਰ ਪਾਰਲੀਮੈਂਟ ਜਿੰਨਾ ਕੰਮ ਕੀਤਾ ਅਸੀਂ ਮਤਲਬ ਉਸ ਚੀਜ਼ ਨੂੰ ਸਰਾਹਨਾ ਕਰਦੇ ਹਾਂ। ਅਤੇ ਗੱਲ ਤਾਂ ਪਬਲਿਕ 'ਤੇ ਆ, ਫਾਈਟ ਤਾਂ ਉਹਨਾਂ ਵਾਸਤੇ ਜਿਨ੍ਹਾਂ ਨੂੰ ਅਜੇ ਰਾਹ ਨੂੰ ਲੱਭਣ ਡੇ ਵੀ ਕਿਹੜੇ ਪਿੰਡ ਜਾਣਾ, ਕਿੱਧਰ ਦੀ ਜਾਣਾ ਆ, ਕਿਹੜਾ ਬੰਦਾ ਇੱਥੇ, ਕਿਹੜਾ ਮੁਹੱਲਾ ਆ। ਅਤੇ ਜਦੋਂ ਉਹਨਾਂ ਨੂੰ ਮੇਰਾ ਕੱਲ੍ਹ ਘਰ ਵਿਜ਼ਨ ਡਾਕੂਮੈਂਟ ਦਿੱਤਾ ਆ, ਉਹ ਵੀ ਸਾਡੀਆਂ ਸਪੀਚਾਂ ਦੀ ਫੋਟੋ ਕਾਪੀ ਕਰ ਲਈ ਜਿਹੜੀਆਂ ਅਸੀਂ 2 ਸਾਲ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ, ਉਹੀ ਛਾਪਤੇ ਨੇ। ਅਤੇ ਇਹ ਤਾਂ ਮੈਂ ਕਿਹਾ ਵੀ ਇਹ ਤਾਂ ਬੜਾ ਚਿਰ ਪਹਿਲਾਂ ਕਰ ਲੈਣਾ ਸੀ। ਵੈਸੇ IFS ਅਫਸਰ ਸਨ, ਮੈਨੂੰ ਇੰਨੀ ਨਹੀਂ ਸੀ ਆਸ ਕਿ ਇਹ ਵੀ ਨਕਲ ਮਾਰਦੇ ਨੇ। ਮੈਂ ਤਾਂ ਸਮਝਦਾ ਬੜੇ ਇੰਟੈਲੀਜੈਂਟ ਹੁੰਦੇ ਨੇ ਅਤੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ, ਪਰ ਇਹਦੀ ਵੀ ਨਕਲ ਮਾਰੀ ਜਦੋਂ ਮੈਂ ਦੇਖਿਆ, ਮੈਂ ਕਿਹਾ ਯਾਰ ਮੇਰੇ ਕੋਲ ਮੇਰਾ ਛਪੇ 'ਚ ਪੈਸੇ ਲੈ ਲੈਂਦੇ। 2 ਸਾਲ ਹੋ ਗਏ ਤੁਹਾਨੂੰ ਵੀ ਮੈਂਬਰ ਪਾਰਲੀਮੈਂਟ ਵਜੋਂ ਅੰਮ੍ਰਿਤਸਰ ਦੀ ਸੇਵਾ ਕਰਦੇ ਹੋ, ਚੁੱਕੀ ਗੁਰੂ ਕੀ ਨਗਰੀ ਆ ਮੈਂ ਸੇਵਾ ਹੀ ਕਹਾਂਗਾ। ਸੋ ਇਸ 2 ਸਾਲ ਦੀ ਸੇਵਾ ਦੇ ਵਿਚਕਾਰ ਲੱਗਦਾ ਕਿ ਹੁਣ ਮਸਲਾ ਜਿਹੜਾ ਹੈਗਾ 5 ਸਾਲ ਦੇ ਮੋਦੀ ਸਰਕਾਰ ਦੇ ਕੰਮਕਾਜ 'ਤੇ ਹੋਏਗਾ? ਹੋਣੀ ਚਾਹੀਦੀ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ। ਨੰਬਰ 2, ਕੈਂਡੀਡੇਟ ਦਾ ਕੀ ਬਿਹੇਵੀਅਰ, ਕੈਂਡੀਡੇਟ ਕਿਹੋ ਜਿਹਾ। ਨੰਬਰ 3, ਕੈਪਟਨ ਸਰਕਾਰ ਦੀਆਂ ਵੀ ਬਿਲਕੁਲ ਜਿਹੜੇ ਪਲੱਸ ਪੁਆਇੰਟ ਹੈ, ਜਿਹੜੇ ਕੈਪਟਨ ਸਰਕਾਰ ਦੇ ਜਿਹੜੇ ਕੀਤੇ ਕੰਮ ਨੇ ਉਹ ਵੀ ਲੋਕ ਜਾਣਦੇ ਨੇ, ਤਿੰਨੋਂ ਪੱਖ ਦੇਖੇ ਜਾਂਦੇ ਆ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਅਸੀਂ ਤਿੰਨੋਂ ਪੱਖਾਂ 'ਤੇ ਗੱਲ ਕਰਨ ਨੂੰ ਤਿਆਰ ਹੈ, ਆਪਣੀ ਗੱਲ 'ਤੇ ਵੀ, ਕੈਪਟਨ ਸਰਕਾਰ 'ਤੇ ਵੀ ਔਰ ਮੋਦੀ ਸਰਕਾਰ ਦੀਆਂ ਨਾਕਾਮੀਆਂ 'ਤੇ ਵੀ। ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ, ਇਹ ਸਟੇਜ ਤੋਂ ਜਾਂ ਤਾਂ ਮੈਨੂੰ ਗਾਲਾਂ ਕੱਢਦੇ ਨੇ ਅਤੇ ਜਾਂ ਇਹ ਕੈਪਟਨ ਸਰਕਾਰ ਵੱਲ ਤੁਰੇ ਫਿਰਦੇ, ਕੇਂਦਰ ਸਰਕਾਰ ਦੀ ਗੱਲ ਹੀ ਨਹੀਂ ਕਰਦੇ। ਨਰਿੰਦਰ ਮੋਦੀ ਹੈ, ਇੱਕ ਵਾਰੀ ਵੀ ਇਹਨੇ ਕੀਤੇ ਹੋਏ ਕੰਮਾਂ ਦੀ ਇੱਕ ਟੋਕੇ ਨਹੀਂ ਗਿਆ ਕਿ ਮੈਂ ਕੋਈ ਤੁਹਾਡਾ ਕੰਮ ਕੀਤਾ। ਉਹ ਤਾਂ ਕਹਿੰਦੇ ਕਿ ਸਰਹੱਦੀ ਖੇਤਰ ਹੈਗਾ, ਬਾਲਾਕੋਟ ਜਾ ਕੇ ਜੋ ਅਸੀਂ ਏਅਰ ਸਟ੍ਰਾਈਕ ਕੀਤੀ ਹੈ ਉਹਦੀ ਗੱਲ ਇੱਥੇ ਆ ਕੇ ਕਰਦੇ ਨੇ। ਸਿੱਖਾਂ ਦੇ ਲਈ ਜੋ ਕੁਛ ਕੀਤਾ ਉਹ ਕਹਿੰਦੇ ਕਿ ਅਸੀਂ ਇੰਨਾ ਕੁਛ ਕੀਤਾ, ਲੰਗਰ ਤੋਂ GST ਵੀ ਮਾਫ਼ ਕੀਤਾ, ਸਾਰਾ ਕੁਛ ਕਹਿੰਦਾ ਉਹ ਸਾਰੀ ਕੁਛ ਕਰਦੇ ਨੇ। ਨਾਲੇ ਇੱਕ ਹੋਰ ਮੈਂਬਰ ਪਾਰਲੀਮੈਂਟ, ਹਾਲਾਂਕਿ ਉਹ ਰਾਜ ਸਭਾ ਮੈਂਬਰ ਨੇ, ਉਹ ਵੀ ਸਵਾਲ ਤੁਹਾਡੇ 'ਤੇ ਖੜ੍ਹੇ ਕਰਦੇ ਨੇ ਕਿ ਬਈ ਜੋ ਕੰਮ ਕੇਂਦਰ ਸਰਕਾਰ ਕਰਦੀ ਹੈ ਔਜਲਾ ਸਾਹਿਬ ਜਾ ਕੇ ਉਹਦਾ ਕ੍ਰੈਡਿਟ ਲੈ ਲੈਂਦੇ ਨੇ। ਅਤੇ ਔਜਲਾ ਸਾਹਿਬ ਕੌਂਸਲਰ ਬਣੇ ਨੇ, ਵੀ ਵਾਰਡ ਦੀ ਗੱਲ ਕਰਾਂ ਕਾਰਪੋਰੇਸ਼ਨ ਦੀ, ਜੇ ਲੋਕਾਂ ਇਲੈਕਟ ਕਰਕੇ MP ਮੈਂਬਰ ਪਾਰਲੀਮੈਂਟ ਭੇਜਿਆ ਅਤੇ ਅੱਜ ਜਿੰਨੀਆਂ ਵੀ ਕੋਈ ਅਥੋਰਟੀਜ਼ ਨੇ ਉਹਦੀ ਚੇਅਰ ਵੀ ਇਲੈਕਟਡ MP ਕੋਲ ਆ, ਔਰ ਇਹ ਮੈਂ ਤਾਂ ਦਿੱਤੀਆਂ ਨੇ, ਸੰਵਿਧਾਨ ਨੇ ਦਿੱਤੀਆਂ ਨੇ। ਜਦੋਂ ਤੱਕ ਤੁਸੀਂ ਬਾਲਾਕੋਟ ਦੀ ਗੱਲ ਕਰ ਰਹੇ ਜੇ, ਦੇਖੋ ਇਹੀ ਦੁੱਖ ਦੀ ਗੱਲ ਆ, ਆਰਮੀ ਦੇ ਕੀਤੇ ਹੋਏ ਕੰਮਾਂ ਨੂੰ ਪ੍ਰਧਾਨ ਮੰਤਰੀ ਕਹਿ ਰਿਹਾ ਮੈਂ ਕੀਤਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪ੍ਰਧਾਨ ਮੰਤਰੀ ਦੇ ਇਸ ਤਰ੍ਹਾਂ ਗੱਲ ਕਰ ਰਹੇ ਨੇ ਜਿਵੇਂ ਬੰਦੂਕ ਲੈ ਕੇ ਤਾਰ ਟੱਪ ਕੇ ਆਪ ਉੱਥੇ ਗਏ ਹੁੰਦੇ। ਇਹ ਕੋਈ ਪਹਿਲੀ ਨਹੀਂ ਹੋਇਆ, ਪਾਕਿਸਤਾਨ ਦੇ 2 ਟੁਕੜੇ ਇੰਦਰਾ ਗਾਂਧੀ ਜੀ ਨੇ ਕੀਤੇ, ਫਿਰ ਇਹੀ ਕਹਾਂਗੇ ਅਸੀਂ ਆਰਮੀ ਨੇ ਕੀਤੇ, ਪਰ ਇੰਦਰਾ ਗਾਂਧੀ ਨੇ ਕਦੀ ਇਹੋ ਜਿਹੀ ਗੱਲ ਨਹੀਂ ਕੀਤੀ। ਸਰਜੀਕਲ ਸਟ੍ਰਾਈਕ ਹੋਈਆਂ, ਇੱਕ ਸਰਜੀਕਲ ਸਟ੍ਰਾਈਕ ਕਰਕੇ ਚੱਲਣ ਦੇ ਉਹਦੇ ਆਪਣੇ ਬੰਦਿਆਂ ਨੂੰ ਕਹਿ ਕੇ ਮਿਠਾਈਆਂ ਵੰਡ ਰਹੇ ਆ, ਲੱਡੂ ਵੰਡ ਰਹੇ ਆ, ਇਹ ਆਰਮੀ ਦੇ ਕੰਮ ਹੁੰਦੇ ਆ। ਡਾਕਟਰ ਮਨਮੋਹਨ ਸਿੰਘ ਜੀ ਵੇਲੇ ਵੀ 8 ਸਰਜੀਕਲ ਸਟ੍ਰਾਈਕ ਹੋਈਆਂ ਸੀ, ਪਰ ਕਦੀ ਡਾਕਟਰ ਸਾਹਿਬ ਨੇ ਆਪਣੇ 32 ਦੰਦਾਂ ਦੇ ਵਿੱਚੋਂ ਕਦੀ ਗੱਲ ਕਹੀ ਸੀ ਕਿ ਮੈਂ ਸਰਜੀਕਲ ਸਟ੍ਰਾਈਕ ਕੀਤੀ? ਕਿਉਂਕਿ ਇਹ ਆਰਮੀ ਦੇ ਕੰਮ, ਇਹ ਸੁਰੱਖਿਆ ਨਾਲ ਜੁੜੇ ਮਸਲੇ ਹੁੰਦੇ ਆ, ਇਹਨਾਂ 'ਤੇ ਰਾਜਨੀਤੀ ਨਹੀਂ ਹੁੰਦੀ। ਪਰ ਪ੍ਰਧਾਨ ਮੰਤਰੀ ਜਿਹੜੇ ਸ਼ਹੀਦ ਹੋਏ, ਮੇਰਾ ਉਹਨਾਂ ਦੇ ਤਾਂ ਕਿਤੇ ਘਰ ਗਿਆ ਹੀ ਨਹੀਂ, ਉਹਨਾਂ ਦੀ ਫੋਟੋਆਂ ਲਾ ਕੇ ਜ਼ਰੂਰ ਉੱਧਰ ਰੈਲੀਆਂ ਕਰ ਰਹੇ ਸੀ। ਸੋ ਗੱਲ ਇਹ ਹੈ ਕਿ ਦੇਸ਼ ਦੀ ਜਿਹੜੀ ਅਰਥਵਿਵਸਥਾ ਵੀ ਡਗਮਗਾ ਗਈ ਆ, ਜਿਹੜਾ ਮਾਹੌਲ ਆ ਉਹ ਵੀ ਜਿਹੜਾ ਉਹ ਅਰਾਜਕਤਾ ਵਾਲਾ ਹੋ ਗਿਆ ਆ ਇਹਨਾਂ ਦੀਆਂ ਨੀਤੀਆਂ ਕਰਕੇ। ਉੱਧਰਲੇ ਬੰਨੇ ਆ ਕੇ ਗੱਲ ਨਹੀਂ ਕਰਦੇ, ਇਹ ਗੱਲ ਕਿਉਂ ਨਹੀਂ ਕਰਦੇ ਬੇਰੁਜ਼ਗਾਰੀ ਕਿੰਨੀ ਘਟੀ ਹੈ? ਕਰਨਗਾ,
ਲੋਕ ਇਹਨਾਂ ਨੂੰ ਪੁੱਛਣ ਨਾਲੇ ਨੋਟਬੰਦੀ ਜੀ ਐਸ ਟੀ ਦੀ ਕਿਉਂ ਨਹੀਂ ਗੱਲ ਕਰਦੇ? ਤੁਹਾਡੇ 'ਤੇ ਵੀ ਸਵਾਲ ਚੁੱਕਦੇ ਨੇ ਕਿ ਕੈਪਟਨ ਸਰਕਾਰ ਨੇ ਕਿਹੜਾ ਰੁਜ਼ਗਾਰ ਦਿੱਤਾ, ਕੈਪਟਨ ਸਰਕਾਰ ਨੇ ਕਿਹੜਾ ਕਰਜ਼ਾ ਮਾਫ਼ ਕਰਤਾ, ਕਾਂਗਰਸ ਦੀ ਨੀਅਤ ਨੂੰ ਲੈ ਕੇ 84 ਨੂੰ ਲੈ ਕੇ ਸਵਾਲ ਖੜੇ ਕਰਦੇ ਨੇ। ਮੈਂ ਉਹੀ ਗੱਲ ਦੱਸ ਰਿਹਾ, ਕੈਪਟਨ ਸਰਕਾਰ ਦੀ ਇਲੈਕਸ਼ਨ ਹੋ ਰਹੀ ਹੈ, ਇਲੈਕਸ਼ਨ ਤਾਂ ਮੋਦੀ ਸਰਕਾਰ ਦੀ ਗਲਤ ਪ੍ਰਾਪਤੀਆਂ ਦੀਆਂ ਗਿਣੀਆਂ ਜਾਣਗੀਆਂ। ਕੈਪਟਨ ਸਰਕਾਰ ਕੋਲ ਜੇ 3 ਸਾਲ ਪਏ ਨੇ, 3 ਸਾਲ ਬਾਅਦ ਲੋਕ ਹਿਸਾਬ ਲਾਉਣਗੇ, ਜੇ ਨਹੀਂ ਕੀਤੇ ਹੋਣਗੇ ਲੋਕ ਨਹੀਂ ਗੱਲ ਕਰਨਗੇ। ਗੱਲ ਤਾਂ ਹੁਣ ਆਪਣੀ ਕਰੋ ਨਾ, ਤੁਸੀਂ ਆਪਣੀ ਦੁਬਾਰਾ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਜੇ, ਕੈਪਟਨ ਦੀ ਸਰਕਾਰ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ 'ਚ। ਨਾ ਕੈਪਟਨ ਸਰਕਾਰ ਨੇ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ, ਇਹਨਾਂ 'ਤੇ ਪੈਨੀ ਵੀ ਨਹੀਂ ਕੀਤੀ ਕੈਪਟਨ ਸਰਕਾਰ ਕੀ? ਰਾਹੁਲ ਗਾਂਧੀ ਜੀ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ, ਛੱਤੀਸਗੜ੍ਹ, ਰਾਜਸਥਾਨ, ਐਮ ਪੀ 'ਚ, ਸਾਰੀਆਂ 'ਚ ਕਰਜ਼ੇ ਮਾਫ਼ੀ ਹੋਈ ਹੈ ਜ਼ਿਮੀਦਾਰਾਂ ਦੀ। ਕਰਜ਼ ਮਾਫ਼ੀ ਔਜਲਾ ਸਾਹਿਬ, ਚਲੋ ਮੈਂ ਉਸ ਕਰਜ਼ ਮਾਫ਼ੀ 'ਤੇ ਵੀ ਇੱਕ ਸਵਾਲ ਲੈ ਲੈਂਦਾ। ਉਹ ਕਰਜ਼ ਮਾਫ਼ੀ ਕੀ ਪੂਰਨ ਤੌਰ 'ਤੇ ਹੋ ਗਈ? ਵਾਅਦਾ ਤਾਂ ਪੂਰਨ ਕਰਜ਼ ਮਾਫ਼ੀ ਦਾ ਸੀਗਾ। ਅੱਜ ਕਈ ਪਿੰਡਾਂ 'ਚ ਜਾਓ ਤਾਂ ਕੁਛ ਲੋਕ ਇਹ ਵੀ ਕਹਿੰਦੇ ਨੇ, ਔਰ ਨਾਲੇ ਸਿੱਧੇ ਤੌਰ 'ਤੇ ਮੈਂ ਕਹਾਂ ਕਿ ਬੀ ਜੇ ਪੀ ਔਰ ਅਕਾਲੀ ਦਲ ਵੀ ਕਹਿੰਦਾ ਕਿ ਬਈ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੋਹਾਂ ਝੂਟੀਆਂ ਖਾਧੀਆਂ, ਅਸਲ ਬੇਅਦਬੀ ਤਾਂ ਕਾਂਗਰਸ ਪਾਰਟੀ ਨੇ ਕੀਤੀ ਹੈ, ਕੈਪਟਨ ਸਾਹਿਬ ਨੇ ਕੀਤੀ। ਦੇਖੋ ਕਰਜ਼ ਮਾਫ਼ੀ ਨਾਲ ਆਪਾਂ ਇੱਕ ਸਵਾਲ ਕਰੀਏ, ਜਿਹੜੀ ਕਰਜ਼ ਮਾਫ਼ੀ ਹੈ, ਕਿਆ ਸਾਡੇ ਕੋਲ ਇੰਨਾ ਬਜਟ ਛੱਡ ਕੇ ਗਏ ਪੰਜਾਬ ਦੇ ਖਜ਼ਾਨੇ 'ਚ ਕਿ ਕਰਜ਼ ਮਾਫ਼ੀ ਇੱਕੇ ਦਿਨ ਕੀ ਹੋ ਜਾਏ? ਸ਼ੁਰੂਆਤ ਨੀਅਤ ਤਾਂ ਕਲੀਅਰ ਹੋ ਗਈ ਨਾ, ਸ਼ੁਰੂਆਤ 'ਚ ਕਰਜ਼ ਮਾਫ਼ੀ ਦੀ ਹੋਈ। ਇਹ ਤਾਂ ਨਹੀਂ ਹੋਇਆ ਨਾ ਕਿ ਅਸੀਂ ਲੋਕ ਚੁੱਪ ਕਰਕੇ ਬਹਿ ਗਏ ਹਾਂ ਅਤੇ ਜਦੋਂ ਲਾਖਿਆਂ ਲਾਗੇ ਹੋ ਜਦੋਂ ਕਰਾਂਗੇ। ਡੇ 1 ਤੋਂ ਸ਼ੁਰੂ ਕਰ ਦਿੱਤਾ, ਡੇ 1 ਤੋਂ ਕਰਜ਼ ਮਾਫ਼ੀ ਸ਼ੁਰੂ ਹੋਈ ਹੈ, ਇੱਕ ਦਿਨ ਤੋਂ ਨਹੀਂ ਹੋਈ। ਤੁਸੀਂ ਇੱਕ ਦਿਨ ਦੀ ਗੱਲ ਕਰੋ, ਕੋਈ ਚੀਜ਼ ਤੁਹਾਡੇ ਤੋਂ ਸਮਝ ਨਹੀਂ ਚਾਹ ਰਿਹਾ ਕਿ 2 ਸਾਲ ਦਾ ਕੰਮਕਾਜ, 5 ਸਾਲ ਦਾ, ਤੁਸੀਂ ਕਹਿ ਰਹੇ ਹੋ ਕਿ ਵੋਟਿੰਗ 5 ਸਾਲ 'ਤੇ ਹੈ। ਹੁਣ ਕਾਂਗਰਸ ਪਾਰਟੀ ਦੀ ਗੱਲ ਕਰ ਦੇਣਾ, ਤੁਹਾਨੂੰ ਟਿਕਟ ਲੈਣ 'ਚ ਸਭ ਨੂੰ ਪਤਾ ਹੈ ਕਿ ਕਿੰਨੀ ਜੱਦੋ ਜਹਿਦ ਕਰਨੀ ਪਈ। ਤੁਸੀਂ ਨਾਮ ਆਇਆ ਚਰਚਾ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ, ਤੁਸੀਂ ਕਿਹਾ ਕਿ ਵੀ ਉਹ ਆ ਕੇ ਚੋਣ ਲੜਨ। ਇਕਨੋਮੀ ਦੀ ਤੁਸੀਂ ਗੱਲ ਕੀਤੀ, ਉਹਨਾਂ ਨੇ ਇਕਨੋਮੀ ਨੂੰ ਬਹੁਤ ਦਰੁਸਤ ਕੀਤਾ, ਉਹ ਜਗ ਜ਼ਾਹਰ ਹੈ, ਪਰ ਅਜਿਹੇ ਵਿੱਚ ਆਖਿਰਕਾਰ ਉਹਨਾਂ ਵੱਲੋਂ ਮਨਾ ਕਿਉਂ ਕੀਤਾ ਗਿਆ? ਵਜ੍ਹਾ ਕੀ ਕੁਛ ਸੀਗੀ? ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੱਤਾ। ਤੁਸੀਂ ਆਪ ਦੇਖ ਲਓ ਕਿ ਰੈਲੀ 'ਤੇ ਵੀ ਨਹੀਂ ਆ ਰਹੇ, ਮੈਂ ਤਾਂ ਉਹਨਾਂ ਨੂੰ ਰੈਲੀ ਵੀ ਰਿਕੁਐਸਟ ਕੀਤੀ, ਕਿਤੇ ਵੀ ਗਏ ਹੋਣ, ਸਿਹਤ ਜਿਹੜੇ ਬੰਦੇ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਉਹ ਕਿਵੇਂ ਇਲੈਕਸ਼ਨ ਲੜ ਸਕਦੇ? ਉਹਨਾਂ ਨੇ ਕਿਹਾ ਸੀ ਕਿ ਮੈਂ ਅੰਮ੍ਰਿਤਸਰ ਦੇ ਲੋਕਾਂ ਨਾਲ ਨਿਆਂ ਨਹੀਂ ਹੋਊਗਾ, ਮੈਨੂੰ ਪਤਾ ਤੁਸੀਂ ਚੇਤਾਵਨੀ ਦਿਓ ਕਿ ਮੈਂ ਉੱਥੇ ਜਾ ਨਹੀਂ ਸਕਦਾ, ਇੱਥੇ ਲੋਕਲ ਲੀਡਰ ਚਾਹੀਦਾ। ਔਰ ਮੇਰੇ ਵੱਲੋਂ ਨਾ ਕਿਹਾ ਵੀ ਉਹਨੇ ਬਹੁਤ ਅੱਛਾ ਕੰਮ ਕੀਤਾ ਪਾਰਲੀਮੈਂਟ 'ਚ ਵੀ ਅਤੇ ਪਾਰਲੀਮੈਂਟ ਦੇ ਬਾਹਰ ਵੀ। ਬੀਜੇਪੀ ਔਰ ਅਕਾਲੀ ਦਲ ਕਹਿੰਦੇ ਕਿ 4 ਮੈਂਬਰ ਪਾਰਲੀਮੈਂਟ ਨੇ ਕਾਂਗਰਸ ਪਾਰਟੀ ਦੇ, ਉਹ ਸਿਰਫ ਬਾਹਰ ਤਖਤੀਆਂ ਖੜ ਕੇ ਵਿਰੋਧ ਜ਼ਾਹਰ ਕਰਦੇ, ਜਦੋਂ ਅੰਦਰ ਬਹਿਸ ਕਰਨ ਦੀ ਜਾਂ ਮਸਲੇ ਚੁੱਕਣ ਦੀ ਗੱਲ ਆਉਂਦੀ ਹੈ ਤਾਂ ਬਾਹਰ ਚਲੇ ਜਾਂਦੇ। ਕਿੱਥੋਂ ਬਾਹਰ ਚਲੇ ਜਾਂਦੇ? ਅੰਦਰ ਹੀ ਤਾਂ ਇਹਨਾਂ ਦੇ ਰਹੇ ਹਾਂ, ਜੇ ਇਹਨਾਂ ਨੂੰ ਅੰਦਰ ਅਜੇ ਵੀ ਨਹੀਂ ਦੇਖਦੇ ਤਾਂ ਫਿਰ ਹੁਣ ਐਤਕੀ ਅੰਦਰ ਜ਼ਿਆਦਾ ਦੇਖ ਪੈਣਗੇ, ਆਪੇ ਉੱਧਰ ਆ ਜਾਣਗੇ। ਸੋ ਮਸਲਾ ਇਹ ਆ, ਦੇਖੋ ਝੂਠ ਨਹੀਂ ਚੱਲਣਾ, ਸੱਚ ਚੱਲਣਾ ਹੈ। ਅੱਜ ਮੈਂ ਝੂਠ ਮਾਰ ਦੂੰਗਾ, ਤੁਸੀਂ ਹੁਣੇ ਸਰਚ ਮਾਰ ਲੈਣੀ ਜਾ ਕੇ, ਲਾਈਵ ਇੰਡੀਆ ਨੇ ਕਹਿਣਾ ਗੁਰਜੀਤ ਔਜਲਾ ਨੇ ਮਾਰਿਆ ਝੂਠ। ਜਿੱਦਾਂ ਪੁਰੀ ਸਾਹਿਬ ਕਹਿੰਦੇ ਮੈਂ ਇਹਨੂੰ ਕਦੇ ਅੰਦਰ ਵੇਖਿਆ ਨਹੀਂ ਪਾਰਲੀਮੈਂਟ 'ਚ, ਮੈਂ ਕਿਹਾ ਪੁਰੀ ਸਾਹਿਬ ਜਾਂ ਤਾਂ ਐਨਕ ਨਹੀਂ ਲਾ ਕੇ ਆਉਂਦੇ ਰਹੇ ਤੁਸੀਂ, ਬਜ਼ੁਰਗ ਜੇ ਸ਼ਾਇਦ ਦੇਖਣ 'ਚ ਵੀ ਫਰਕ ਪੈਂਦਾ, ਅਤੇ ਕੱਦ ਵੀ ਕੋਈ ਇਹੋ ਜਿਹਾ ਹੈ ਨਹੀਂ ਗਾ ਵੀ ਤੁਹਾਨੂੰ ਦਿਖਿਆ ਨਾ ਹੋਵੇ, ਜਾਂ ਕੰਨਾਂ 'ਚ ਵੀ ਕੁਛ ਫਰਕ ਹੋ ਸਕਦਾ। ਮੈਂ ਤਾਂ ਤੁਹਾਨੂੰ CD ਬਣਾ ਕੇ ਭੇਜ ਸਕਦਾ, ਜਾਂ ਗੂਗਲ ਤੋਂ ਤੁਸੀਂ ਸਰਚ ਕਰ ਲਓ, ਫੇਸਬੁੱਕ ਦੇਖ ਲਓ, ਸਾਰਾ ਕੁਝ ਉਹਦੇ 'ਤੇ ਪਿਆ ਹੈ ਕਿ ਕੀ ਕੀਤਾ ਔਰ ਕਿਵੇਂ ਹੋਇਆ। ਔਜਲਾ ਸਾਹਿਬ ਨਜ਼ਰ ਆ ਰਹੇ ਨੇ ਉਹਨਾਂ ਨੂੰ ਅੰਮ੍ਰਿਤਸਰ, ਹੁਣ ਤਾਂ ਅੰਮ੍ਰਿਤਸਰ ਹੀ ਹੈਗੇ, ਲਗਾਤਾਰ ਪ੍ਰਚਾਰ ਕਰ ਰਹੇ ਨੇ। ਔਰ ਇੱਕ ਬੜਾ ਵੱਡਾ ਫੈਕਟਰ ਹੈ ਔਜਲਾ ਸਾਹਿਬ, ਇੱਕ ਕੇਂਦਰੀ ਮੰਤਰੀ ਦਾ ਚੋਣ ਮੈਦਾਨ 'ਚ ਹੋਣਾ, ਔਰ ਵਾਰ ਵਾਰ ਭਾਰਤੀ ਜਨਤਾ ਪਾਰਟੀ ਦਾ ਇਹ ਕਹਿਣਾ ਕਿ ਜੇ ਜਿੱਤ ਗਏ ਤਾਂ ਕੇਂਦਰੀ ਮੰਤਰੀ ਹੈਗੇ, ਫਿਰ ਲੋਕ ਆਖਿਰਕਾਰ ਕਿਉਂ ਨਾ ਸੋਚਣ ਕਿ ਬਈ ਕੇਂਦਰ 'ਚ ਜੇ ਸਰਕਾਰ ਬਣਦੀ ਹੈ ਇੱਕ ਮੰਤਰੀ ਇੱਥੋਂ ਜਾਏਗਾ ਅਤੇ ਕਿਉਂ ਨਾ ਉਹਨੂੰ ਵੋਟਾਂ ਪਾਈਏ। ਇਹ ਡੈਮੋਕ੍ਰੇਸੀ ਦਾ ਗਲਾ ਘੁੱਟ ਰਹੇ ਨੇ, ਅੱਜ ਡੈਮੋਕ੍ਰੇਸੀ ਦੇ ਵਿੱਚ ਧਮਕੀ ਦੇ ਰਹੇ ਕਿਸੇ ਨੂੰ, ਇਸੇ ਇਹੀ ਧਮਕੀਆਂ ਅੱਗੇ ਦਿੰਦੇ ਸੀ। ਔਰ ਇਹ ਪੰਜਾਬੀ ਹੈ, ਮਾਝੇ ਵਾਲੇ ਆ, ਇਹ ਧਮਕੀਆਂ ਤੋਂ ਨਹੀਂ ਡਰਦੇ। ਇਹ ਆਪਣੇ ਜਿਹੜਾ ਮਿੱਟੀ ਨਾਲ ਮਿੱਟੀ ਹੁੰਦਾ, ਜਿਹੜਾ ਉਹਨਾਂ ਨਾਲ ਖੜਦਾ ਨਾ, ਇਹ ਉਹਦੇ ਨਾਲ ਖੜਦੇ ਆ। ਇਹ ਪਹਿਲਾਂ ਅੰਮ੍ਰਿਤਸਰ ਨਾਲ ਖੜਨ ਤਾਂ ਸਹੀ, 5 ਸਾਲ ਸਰਕਾਰ ਰੰਡਾਈ, ਇਹਨਾਂ ਨੇ ਇੱਕ ਕੰਮ ਦੱਸਦੇ ਨੇ, ਇੱਕ ਕੰਮ ਵੀ ਮੈਂ ਅੰਮ੍ਰਿਤਸਰ ਵਾਸਤੇ ਆਹ ਚੰਗਾ ਕੰਮ ਕੀਤਾ ਸੀ। ਅੱਜ ਕਹਿੰਦੇ ਮੇਰਾ ਬੜਾ ਪੁਰਾਣਾ ਰਿਸ਼ਤਾ ਹੈ, ਰਿਸ਼ਤਾ ਤਾਂ ਮੈਨੂੰ ਤਾਂ ਹੀ ਪਤਾ ਲੱਗੇ ਨਾ, ਆਪੇ ਫਸ ਜਾਂਦੇ ਝੂਠ ਮਾਰ ਕੇ ਜੇ ਪੁਰਾਣਾ ਰਿਸ਼ਤਾ ਕੀਤਾ ਕੀ ਹੈ। ਅਤੇ ਜੇ ਰਿਸ਼ਤਾ ਨਹੀਂ ਗਾ ਤਾਂ ਫਿਰ ਆ ਕੇ ਸਟੇਜ 'ਤੇ ਕਹੋ ਕਿ ਮੈਂ ਆਇਆ, ਮੈਂ ਹੁਣੇ ਹੀ ਆਇਆ, ਮੇਰਾ ਮਨ ਨਹੀਂ ਸੀ, ਠੀਕ ਹੈ ਮੈਂ ਮੱਥਾ ਟੇਕਣ ਆਉਂਦਾ ਸਾਂ, ਰਿਸ਼ਤਾ ਨਾ ਕਹੋ। ਅਤੇ ਮੈਨੂੰ ਭਾਈ ਸੋਚੋ, ਫਿਰ ਲੋਕ ਸੋਚਣ, ਝੂਠ ਕਿਉਂ ਮਾਰਦੇ? 2017 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਾਲ ਜਦੋਂ ਬਾਈ ਇਲੈਕਸ਼ਨ ਹੋਈ, ਸੋ ਇੱਕ ਮਜੀਠੇ ਦੀ ਸੀਟ ਛੱਡ ਕੇ ਉਹ ਸਾਰੀਆਂ ਕਾਂਗਰਸ ਪਾਰਟੀ ਨੇ ਜਿੱਤੇ, ਤੁਹਾਨੂੰ ਵੀ ਲਗਭਗ ਹਰ ਹਲਕੇ ਤੋਂ ਜਿਹੜੀ ਲੀਡ ਮਿਲੀ। ਮੈਂ ਸਿਰਫ ਇੱਕ ਚੀਜ਼ ਸਮਝਣੀ ਚਾਹਾਂਗਾ, ਅੱਜ ਨਾ ਸਿੱਧੂ ਸਾਹਿਬ ਨਜ਼ਰ ਆ ਰਹੇ ਨੇ, ਲੋਕਲ ਲੀਡਰਸ ਨੂੰ ਲੈ ਕੇ ਵੀ ਕਈ ਸਵਾਲ ਹੈਗੇ ਕਾਂਗਰਸ ਪਾਰਟੀ ਦੇ, ਇਹ ਇੱਕ ਕੌੜਾ ਸੱਚ ਹੈਗਾ? ਮੰਨਦੇ ਹੋ ਕੌੜਾ ਸੱਚ ਹੈ ਜਾਂ ਕੋਈ ਕੌੜਾ ਸੱਚ ਨਹੀਂ ਹੈਗਾ? ਕਿਉਂ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੇ, ਕਿਉਂ ਬਾਕੀ ਲੀਡਰ ਔਜਲਾ ਸਾਹਿਬ ਲਈ ਪ੍ਰਚਾਰ ਕਰਦੇ ਨਜ਼ਰ ਨਹੀਂ ਆ ਰਹੇ? ਸਿੱਧੂ ਸਾਹਿਬ ਦੀ ਵਾਈਫ ਕੰਟੀਨਿਊ ਪ੍ਰਚਾਰ ਕਰ ਰਹੀ ਹੈ। ਕਿਹੜਾ ਹਲਕਾ ਜਿੱਥੇ ਪ੍ਰਚਾਰ ਨਹੀਂ ਹੈ ਤੁਸੀਂ ਮੈਨੂੰ ਇੱਕ ਹਲਕਾ ਦੱਸ ਦਿਓ ਜਿਹੜਾ ਲੀਡਰ ਨਹੀਂ ਕਰ ਰਿਹਾ?
ਅੱਗੇ ਵੀ ਹਲਕਾ ਉਹੀ ਦੇਖਦੇ ਨੇ, ਸਿੱਧੂ ਸਾਹਿਬ ਨਹੀਂ ਹੁੰਦੇ ਇੱਥੇ, ਉਹੀ ਦੇਖਦੇ ਨੇ, ਉਹ ਕੰਮ ਕਰ ਰਹੇ ਨੇ। ਜਾਂ ਤਾਂ ਉਹ ਕੰਮ ਨਾ ਕਰ, ਫਿਰ ਮੈਂ ਕਹਾਂ ਜਾ ਕੇ ਕੌਂਸਲਰ ਉਹਨਾਂ ਦੇ ਕੰਮ ਕਰ ਰਹੇ ਨੇ। ਅੱਗੇ ਚਲੋ ਅਗਲਾ ਹਲਕਾ ਦੱਸੋ ਕਿਤੇ ਨਹੀਂ ਕੰਮ ਹੋ ਰਿਹਾ, ਸਾਰੇ ਹਲਕਿਆਂ 'ਚ ਕੰਮ ਹੋ ਰਿਹਾ। ਇੱਕ ਨੀਤੀ ਹੁੰਦੀ ਜੰਗ ਦੀ, ਇੱਕ ਲਿਪ ਸਰਵਿਸ ਹੁੰਦੀ ਹੈ ਕਿ ਇੱਦਾਂ ਦੀਆਂ ਗੱਲਾਂ ਕਰੋ ਅਤੇ ਸ਼ਾਇਦ ਕੋਈ ਗੱਲ ਇਹੋ ਜਿਹੀ ਨਿਕਲੇ। ਜਦੋਂ ਇੱਕ ਵਰਕਰ ਦੇ ਤੌਰ 'ਤੇ ਹਰ ਪਾਰਟੀ ਲੀਡਰ ਕੰਮ ਕਰ ਰਿਹਾ, ਦੇਖ ਰਿਹਾ ਹੈ, ਫੇਸਬੁੱਕ ਚੈੱਕ ਕਰੋ, ਉਹਨਾਂ ਦੀਆਂ ਨਿਊਜ਼ ਪੜ੍ਹੋ, ਹਰ ਚੀਜ਼ ਦੇ ਉੱਤੇ ਐਕਟਿਵ ਨੇ। ਗੱਲ ਇਹ ਹੈ ਵੀ ਇਹ ਆਪਣਾ ਘਰ ਵੇਖਣ, ਵੀ ਇਹਨਾਂ ਦਾ ਪ੍ਰਚਾਰ ਕਿੱਥੇ ਹੋ ਰਿਹਾ, ਇਹਨਾਂ ਦਾ ਪ੍ਰਚਾਰ ਤਾਂ ਖੈਰ ਕੀ ਆ, ਇਹਨਾਂ ਦੇ ਲੀਡਰਾਂ ਨੂੰ ਕੋਈ ਮੂੰਹ ਨਹੀਂ ਲਾ ਰਿਹਾ, ਕੋਈ ਥੱਲਿਓਂ ਚੱਲ ਹੀ ਨਹੀਂ ਰਿਹਾ। ਅੱਜ ਗੌਰਵ ਗੰਭੀਰ ਦਾ ਹਾਲ ਤੁਸੀਂ ਦੇਖ ਲਿਆ, ਗੌਤਮ ਗੰਭੀਰ ਦਾ ਇੱਦਾਂ ਦੇਖਿਆ ਸੀ, ਅਮਿਤ ਸ਼ਾਹ ਜੀ ਦਾ ਜਿਹੜਾ ਆਏ ਸੀ ਉਹ ਬੜੇ ਪਰ ਮਤਲਬ ਵਾਅਦੇ ਉਹ ਕਹਿ ਕੇ ਗਏ ਆ ਵੀ ਮੰਤਰੀ ਕੀ ਕਹਿੰਦੇ ਮੰਤਰੀ ਬਣਾਉਣਾ, ਆਲਰੇਡੀ ਬਣਾ ਬਣਾਇਆ ਮੰਤਰੀ ਜਿਹੜਾ ਹੈਗਾ ਉਹ ਦੇ ਕੇ ਜਾ ਰਿਹਾ ਅੰਬਰਸਰ, ਕਹਿ ਕੇ ਕਿਹਨੂੰ ਗਏ ਆ 2500 ਤੋਂ 500 ਚੇਅਰ, 2000 ਚੇਅਰ 'ਤੇ ਖਾਲੀ ਖਾਲੀ ਕੁਰਸੀਆਂ ਨੂੰ ਕਹਿ ਗਏ ਨੇ, ਸੁਣ ਕੌਣ ਡਿਆ ਸੀ? ਗੱਲ ਇਹ ਆ ਮੰਤਰੀ ਜਿਹੜਾ ਹੈ ਨਾ ਉਹ ਸਰਕਾਰ ਬਣੂਗੀ ਤਾਂ ਮੰਤਰੀ ਬਣੂਗਾ ਨਾ। ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿ ਰਿਹਾ, ਮੈਂ ਪੁਰੀ ਸਾਹਿਬ ਨੂੰ ਇੱਕ ਬੇਨਤੀ ਕੀਤੀ, ਪੁਰੀ ਸਾਹਿਬ ਤੁਹਾਨੂੰ ਪ੍ਰਾਹੁਣਾਚਾਰੀ ਤਾਂ ਬੜੀ ਸੋਹਣੀ ਹੋਈ ਕਿਉਂਕਿ ਤਾਂ ਖਾਣ ਪੀਣ ਨੂੰ ਬਹੁਤ ਹੈ, ਕੁਲਚੇ ਕਚੌਰੀਆਂ ਪੂੜੀਆਂ, ਪਰ ਹੁਣ ਮੈਂ ਤੁਹਾਨੂੰ ਦੱਸਦਿਆਂ ਤੁਸੀਂ ਬਹੁਤ ਇੱਥੇ ਝੂਠ ਵੀ ਰੱਜ ਕੇ ਮਾਰਿਆ ਕਿ ਮੈਂ ਇੱਥੋਂ ਦਾ ਆ, ਮੈਂ ਇੱਦਾਂ ਪਿਆਰ ਆ, ਮੇਰਾ ਬੜੀ ਸਾਂਝ ਆ, ਪਰ ਵੇਖੋ ਮਾਝੇ ਵਾਲਿਆਂ ਹੁਣ ਦਿਲ 'ਤੇ ਲੜੀ ਹੈ। ਇਹ 5 ਕਰੋੜ ਜਿਹੜਾ MP ਲੈਟਰ ਰਾਜ ਸਭਾ ਦਾ ਨਾ, ਇਹ ਨਹੀਂ ਹੁਣ ਅਸੀਂ ਜਾਣ ਦੇਣਾ, ਅਤੇ ਜੇ ਤੁਸੀਂ ਹੁਣ ਨਿੱਕੀ ਕਰੋਗੇ ਫਿਰ ਦਿੱਲੀ ਕੋਠੀ ਦਾ ਕਰਾਓ ਅਸੀਂ ਕਰਿਆ ਕਰਾਂਗੇ, ਫਿਰ ਇੱਥੇ ਨਹੀਂ ਤੁਹਾਨੂੰ ਛੱਡਦੇ। ਇਹ 5 ਕਰੋੜ ਹੁਣ ਸਾਡਾ ਆ, ਅੱਗੇ ਮੇਰਾ ਤਾਂ ਚਲੋ ਰੋਜ਼। ਤੁਸੀਂ ਸਿੱਧੇ ਤੌਰ 'ਤੇ ਕਹਿ ਰਹੇ ਹੋ ਕਿ ਉਹਨਾਂ ਨੇ ਦਾਅਵਾ ਕਰਤਾ ਅੰਬਰਸਰ ਮੇਰਾ ਹੈ, ਅਤੇ ਹੁਣ ਜੋ ਵੀ MP ਬਣੇ ਉਸ ਤੋਂ ਇਲਾਵਾ ਜਿਹੜਾ ਰਾਜ ਸਭਾ ਮੈਂਬਰ ਦਾ 5 ਕਰੋੜ ਹੈ ਉਹ ਵੀ ਚਾਹੀਦਾ ਹੈਗਾ ਅੰਬਰਸਰ। MP 'ਤੇ ਜੋ ਬਣਨਾ ਉਹ ਦਿਖਦਾ ਹੀ ਆ, ਇਹ ਰਾਜ ਸਭਾ ਵਾਲਾ ਜਿਹੜਾ 5 ਕਰੋੜ ਆ ਉਹ ਮੈਂ ਪੁਰੀ ਸਾਹਿਬ ਨੂੰ ਕਹਿਣਾ ਚਾਹੁੰਦਾ, ਅਤੇ ਜੇ ਤੁਸੀਂ ਇਹ ਘਰ ਦਾ ਕਰਾਓ ਗੁਰਜੀਤ ਔਜਲਾ ਕਰੂਗਾ। ਸਵਾਲ ਮੈਂ ਕਰਨਾ ਚਾਹਾਂਗਾ, ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਦਾ ਸਮਾਂ 5 ਸਾਲ ਦਾ ਹੁੰਦਾ, ਤੁਹਾਨੂੰ 2 ਸਾਲ ਮਿਲਿਆ, 2 ਸਾਲ 'ਚ ਕਿਹੜੇ ਕੰਮ ਹੋ ਗਏ ਜੋ ਤੁਹਾਨੂੰ ਲੱਗਾ ਕਿ ਵੱਡੀ ਉਪਲਬਧੀ, ਔਰ ਕਿਹੜੇ ਰਹਿ ਗਏ ਜੇ ਅਗਲੀ ਵਾਰ ਇਸ ਸ਼ਹਿਰ ਦੀ ਗੁਰੂ ਦੀ ਨਗਰੀ ਦੀ ਜਨਤਾ ਨੇ ਮੌਕਾ ਦਿੱਤਾ ਅਤੇ ਉਹ ਪੂਰੇ? ਬਹੁਤ ਕੰਮ ਹੋਣ ਵਾਲੇ ਨੇ, ਏਅਰਪੋਰਟ ਆ, ਅੰਤਰਰਾਸ਼ਟਰੀ ਸਟੇਸ਼ਨ ਬਣਾਉਣਾ ਆ, ਇੰਡਸਟਰੀ ਆ, ਐਜੂਕੇਸ਼ਨ ਆ, ਸਾਰਿਆਂ 'ਤੇ ਕੰਮ ਹੋਣ ਵਾਲਾ ਆ। ਖਾਸ ਕਰ ਅੱਜ ਕੱਲ੍ਹ ਕੁੱਤਿਆਂ ਦੀ ਬੜੀ ਸਮੱਸਿਆ, ਜਿਹੜਾ ਮੇਨ ਗਾਂਧੀ ਜਿਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਜੋ ਇਨਸਾਨ ਦਾ ਮੀਟ ਖਾ ਰਹੇ ਨੇ ਉਹ ਨਹੀਂ ਖਾਣ ਦੇਣਾ, ਮਾਸ ਜਿਹੜਾ ਇਨਸਾਨ ਦਾ ਆ, ਅਸੀਂ ਇਨਸਾਨ ਦੇ ਇਨਸਾਨ ਬਚਾਉਣਾ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਚੀਜ਼ਾਂ ਬੜੀਆਂ ਅੰਮ੍ਰਿਤਸਰ ਦੀ ਨਾਲ ਜੁੜੀਆਂ ਨੇ। ਇੰਡਸਟਰੀ ਸਾਰੀ ਤਬਾਹ ਹੋਈ ਹੈ, ਬਾਰਡਰ ਏਰੀਏ ਦੇ ਮਸਲੇ ਨੇ, ਕਿਸਾਨ ਦੇ, ਮਜ਼ਦੂਰ ਦੇ ਮਸਲੇ ਨੇ, ਮਤਲਬ ਜੋ ਮੈਂ ਬੋਲਿਆ ਨਾ ਪਾਰਲੀਮੈਂਟ, ਜੋ ਮੇਰੇ ਕੁਐਸਚਨ ਨੇ, ਇਹ ਮੇਰਾ ਬਲੂ ਪ੍ਰਿੰਟ ਆ, ਇਹੀ ਮੇਰੀਆਂ ਨੀਹਾਂ ਨੇ, ਇਹਦੇ 'ਤੇ ਮੈਂ ਅੱਗੇ ਚੱਲਣਾ ਆ। ਕਹਿੰਦੇ ਕਿ ਰਾਹੁਲ ਗਾਂਧੀ ਦੇ ਬੜੇ ਖਾਸ ਹੋ ਗਏ ਨੇ ਔਜਲਾ ਸਾਹਿਬ। ਦੇਖੋ ਮੈਂ ਕਾਂਗਰਸ ਪਾਰਟੀ ਦਾ ਖਾਸ ਹਾਂ, ਕਾਂਗਰਸ ਪਾਰਟੀ ਦਾ ਜਿਹੜਾ ਵੀ ਵਰਕਰ ਹੈ ਮੈਂ ਉਹਦਾ ਵੀ ਖਾਸ ਹਾਂ, ਮੇਰਾ ਲੀਡਰ ਹੈ ਮੈਂ ਉਹਦਾ ਵੀ ਖਾਸ ਹਾਂ, ਮੇਰੇ ਦੇਸ਼ ਦੇ ਪ੍ਰੈਜੀਡੈਂਟ ਹੈ ਮੈਂ ਉਹਨਾਂ ਦਾ ਵੀ ਖਾਸ ਹਾਂ, ਮੁੱਖ ਮੰਤਰੀ ਸਾਹਿਬ ਮੈਂ ਉਹਨਾਂ ਦਾ ਵੀ ਖਾਸ ਹਾਂ, ਜਿਹੜਾ ਕਾਂਗਰਸ ਪਾਰਟੀ ਦਾ ਉਦੋਂ ਮੈਂ ਉਹਦਾ ਖਾਸ ਤਾਂ ਹੋਣਾ ਹੀ ਹੋਣਾ। ਨਹੀਂ ਸੋ ਮੈਂਬਰ ਪਾਰਲੀਮੈਂਟ ਅਤੇ ਨਾਲ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ਜੋ ਕਿ ਸਿੱਧੇ ਤੌਰ 'ਤੇ ਕਹਿ ਰਹੇ ਨੇ ਕਿ 5 ਸਾਲ ਦੇ ਟੀਚੇ ਅਜੇ ਹੈਗੇ, ਨਾਲੇ ਹਰਦੀਪਪੁਰੀ ਨੂੰ ਲੈ ਕੇ ਇੱਕ ਵੱਡਾ ਨਿਸ਼ਾਨਾ ਕਿ ਜੇ ਰਾਜ ਸਭਾ ਦਾ ਹੁਣ MP ਲੈਟ ਨਾ ਆਇਆ ਤਾਂ ਫਿਰ ਉਹਨਾਂ ਦੀ ਕੋਠੀ ਤੱਕ ਦਾ ਘਿਰਾਵ ਕਰਨ ਦੀ ਗੱਲ ਉਹਨਾਂ ਵੱਲੋਂ ਕਹਿ ਦਿੱਤੀ ਗਈ ਹੈ। ਕੈਮਰਾਮੈਨ ਹਰਿੰਦਰ ਦੇ ਨਾਲ ਨਵਨੀਤ ਸਿੰਘ ਬਦਵਾ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।